ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਨਜ਼ਦੀਕ ਪਿੰਡ ਜੱਲੋ ਕੇ ਹਿਠਾੜ ਵਿਖੇ ਤ੍ਰਾਸਦੀ ਭਰੇ ਦ੍ਰਿਸ਼ ਉਸ ਵੇਲੇ ਵੇਖਣ ਨੂੰ ਮਿਲੇ ਜਦੋਂ ਸਰਕਾਰੀ ਐਲੀਮੈਂਟਰੀ ਤੇ ਸਰਕਾਰੀ ਮਿਡਲ ਸਕੂਲ ਦੇ ਬੱਚੇ ਮੌਤ ਦੇ ਸਾਏ ਹੇਠ ਬੈਠੇ ਪੜ੍ਹ ਰਹੇ ਸੀ। ਦਰਅਸਲ ਸਰਕਾਰੀ ਪ੍ਰਾਇਮਰੀ ਸਕੂਲ ਦੇ ਪਿਛਲੇ ਪਾਸੇ ਖੇਤਾਂ ਵਾਲੀ ਜ਼ਮੀਨ ਹੇਠਾਂ ਧਸਣ ਕਰਕੇ ਸਕੂਲ ਦੇ ਦੋ ਕਮਰਿਆਂ ਵਿੱਚ ਕਾਫੀ ਵੱਡੀਆਂ ਤੇ ਮੋਟੀਆਂ ਦਰਾੜਾਂ ਆ ਚੁੱਕੀਆਂ ਨੇ, ਜਿਸ ਕਾਰਨ ਸਰਦੀਆਂ ਦੇ ਮੌਸਮ ਵਿੱਚ ਕਮਰਿਆਂ ਦੀ ਖਸਤਾ ਹਾਲਤ ਵਿੱਚ ਹੀ ਇਹ ਬੱਚੇ ਬੈਠ ਕੇ ਪੜ੍ਹਨ ਲਈ ਮਜਬੂਰ ਨੇ। ਦੱਸ ਦਈਏ ਕਿ ਇਹਨਾਂ ਦੋਵਾਂ ਕਮਰਿਆਂ ਨੂੰ PWD ਵੱਲੋਂ ਅਨਸੇਫ ਘੋਸ਼ਿਤ ਵੀ ਕਰ ਦਿੱਤਾ ਗਿਆ। ਸਰ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸਕੂਲ ਦੇ ਜਸਟ ਬਾਹਰ ਹੀ ਖੇਤ ਹੈ ਨਾਲ, ਤੇ ਜ਼ਮੀਨ ਧਸਣ ਦੇ ਕਰਕੇ ਕਿ ਰੇਤਾ ਹੈ ਸਾਰੀ, ਤੇ ਜ਼ਮੀਨ ਦੇ ਧਸਣ ਦੇ ਕਰਕੇ ਕੀ ਹੈ ਕਿ ਬਿਲਡਿੰਗ ਦੇ ਵਿੱਚ ਕ੍ਰੈਕਸ ਆ ਗਈਆਂ ਨੇ, ਜਿਸ ਕਰਕੇ ਕਿ ਕ੍ਰੈਕਸ ਬਹੁਤ ਜ਼ਿਆਦਾ ਵੱਧ ਗਈਆਂ ਨੇ। ਬਰਸਾਤਾਂ ਦਾ ਮੌਸਮ ਹੋਣ ਕਰਕੇ ਸਾਨੂੰ ਵੀ ਡਰ ਸੀ ਕਿ ਅਸੀਂ ਇੱਥੇ ਬੱਚਿਆਂ ਨੂੰ ਬਿਠਾ ਨਹੀਂ ਸਕਦੇ ਸੀ, ਜਿਹਦੇ ਕਰਕੇ ਅਸੀਂ ਬੱਚਿਆਂ ਨੂੰ ਇੱਕ ਕਲਾਸ ਦੇ ਵਿੱਚ ਹੀ ਦੋ ਜਮਾਤਾਂ ਨੂੰ ਬਿਠਾ ਰਹੇ ਹਾਂ। ਬੱਚਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ, ਸਾਨੂੰ ਵੀ ਪੜ੍ਹਾਉਣ ਵਿੱਚ ਬਹੁਤ ਦਿੱਕਤ ਆ ਰਹੀ ਹੈ, ਔਰ ਸਾਡੀ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ। ਨਗਰ ਪੰਚਾਇਤ ਮੰਦੋਟ, ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਸਾਡੇ ਇਸ ਸਕੂਲ ਵੱਲ ਧਿਆਨ ਦਿੱਤਾ ਜਾਵੇ ਅਤੇ ਸਾਡੀ ਇਸ ਜਿਹੜੀ ਪ੍ਰੋਬਲਮ ਹੈ ਇਹਨੂੰ ਹੱਲ ਕੀਤਾ ਜਾਵੇ। GMS ਜੱਲੋ ਕੇ ਜੋ ਕਿ ਮੰਦੋਟ ਦੇ ਬਾਰਡਰ ਦੇ ਨਾਲ ਲੱਗਦਾ ਲਾਸਟ ਸਕੂਲ ਹੈ, ਚਮਾਈ ਬਾਰਡਰ ਦੇ ਨਾਲ ਹੈ, ਔਰ ਸਾਨੂੰ ਇੱਥੇ ਬਹੁਤ ਦਿੱਕਤ ਆ ਰਹੀ ਹੈ। ਹਾਂਜੀ ਸਰ, PWD ਵੱਲੋਂ ਸਾਨੂੰ ਇਹ ਦੋ ਕਮਰੇ ਜਿਹੜੇ ਨੇ ਅਨਸੇਫ ਘੋਸ਼ਿਤ ਕਰ ਦਿੱਤੇ ਗਏ ਨੇ, ਔਰ ਸਾਨੂੰ ਇਹਦਾ ਸਰਟੀਫਿਕੇਟ ਵੀ ਮਿਲ ਚੁੱਕਿਆ ਹੈ, ਔਰ ਇਸ ਕਰਕੇ ਮਤਲਬ ਸਾਡੀ ਹੈਲਪ ਕੀਤੀ ਜਾਵੇ, ਜਲਦੀ ਤੋਂ ਜਲਦੀ ਸਾਡੀ ਇਸ ਪ੍ਰੋਬਲਮ ਨੂੰ ਸੋਲਵ ਕੀਤਾ ਜਾਵੇ। ਕੀ ਨਾਮ ਜੀ? ਸਰ ਅਨੀਤਾ। ਸਕੂਲ ਹੈ ਸਰ, ਉਹਦੀ ਹਾਲਾਤ ਵੀ ਮਤਲਬ ਕਿ ਬਿਲਡਿੰਗ ਦੀ ਇੰਨੀ ਖਸਤਾ ਹੈ ਕਿ ਜਾਨ ਜੋਖਿਮ 'ਚ ਪਾ ਕੇ ਬੱਚੇ ਪੜ੍ਹਦੇ ਪਏ ਹੈ, ਕਿਉਂ ਨਹੀਂ ਪ੍ਰਸ਼ਾਸਨ ਇਹਨਾਂ ਚੀਜ਼ਾਂ ਵੱਲ ਧਿਆਨ ਕਰ ਰਿਹਾ ਜੀ? ਇਸ ਬਾਰੇ ਜਿਹੜਾ ਨਾ ਪ੍ਰਸ਼ਾਸਨ ਪੂਰਾ ਸੰਜੀਦਾ ਹੈਗਾ, ਇਹ ਲਾਸਟ ਮੰਥਲੀ ਮੀਟਿੰਗ ਦੇ ਵਿੱਚ ਜਿਹੜੀ ਹੈ ਜ਼ਿਲ੍ਹਾ ਪ੍ਰਾਇਮਰੀ ਜਿਹੜਾ ਜ਼ਿਲ੍ਹਾ ਐਜੂਕੇਸ਼ਨ ਅਫਸਰ ਹੈ ਪ੍ਰਾਇਮਰੀ, ਉਹਨੂੰ ਹਦਾਇਤਾਂ ਕੀਤੀਆਂ ਗਈਆਂ, ਜਿਹੜੇ ਵੀ ਇੱਦਾਂ ਦੇ ਸਕੂਲ ਹੈ ਜਾਂ ਅਨਸੇਫ ਬਿਲਡਿੰਗ ਹੈ ਉਹਨਾਂ ਦਾ ਕੇਸ ਤਿਆਰ ਕਰਾ ਕੇ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜਾ ਕੇ ਪ੍ਰਸਤੁਤ ਕਰਨ, ਤੇ ਜਿਹੜੇ ਵੀ ਇਦਾਂ ਦੇ ਕੇਸ ਹੋਣਗੇ ਉਹਨਾਂ ਦਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਿਪਟਾਰਾ ਕੀਤਾ ਜਾਵੇ। ਸਰ, ਪਿੱਛੇ ਖੇਤ ਹੈਗੇ ਨੇ, ਉੱਥੋਂ ਕਹਿੰਦੇ ਵੀ ਮਤਲਬ ਕਿ ਖੱਡੇ ਹੈਗੇ ਆ, ਵੀ ਮਤਲਬ ਰੇਤਾ ਹੈਗੀ ਹੈ, ਰੇਤਾ ਕੱਢਦੇ ਆ ਜਿਸ ਕਰਕੇ ਮਤਲਬ ਸਕੂਲ ਦੀ ਬਿਲਡਿੰਗ ਜਿਹੜੀ ਆ ਹਿੱਲ ਗਈ ਹੈ ਜੀ, ਵੀ ਇਹਨਾਂ ਚੀਜ਼ਾਂ 'ਤੇ ਵੀ ਸਰ ਰੋਕ ਕਿਉਂ ਨਹੀਂ ਲੱਗਦੀ? ਇਹ ਤੁਹਾਡੇ ਰਾਹੀਂ ਮੇਰੇ ਧਿਆਨ ਵਿੱਚ ਆਇਆ ਮਸਲਾ, ਇਹਦੀ ਰਿਪੋਰਟ ਮੰਗ ਲੈਂਦੇ ਹਾਂ। ਉਧਰ ਇਸ ਮਾਮਲੇ ਸੰਬੰਧੀ SDM ਅਮਿਤ ਗੁਪਤਾ ਦਾ ਕਹਿਣਾ ਹੈ ਕਿ ਅਜਿਹੀਆਂ ਸਮੱਸਿਆਵਾਂ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸੰਜੀਦਾ ਹੈ ਤੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਨਿਰਦੇਸ਼ ਜਾਰੀ ਕੀਤੇ ਹੋਏ ਨੇ। ਇਸ ਸਕੂਲ ਵਿੱਚ ਦੋ ਸਕੂਲ ਚੱਲ ਰਹੇ ਹਨ, ਸਰਕਾਰੀ ਪ੍ਰਾਇਮਰੀ ਸਕੂਲ ਜੱਲੋ ਕੇ ਅਤੇ ਸਰਕਾਰੀ ਮਿਡਲ ਸਕੂਲ ਜੱਲੋ ਕੇ। ਇਹ 2007-08 ਦੇ ਵਿੱਚ ਬਿਲਡਿੰਗ ਬਣੀ ਹੈ, ਅਤੇ ਪਿੱਛੇ ਜਿਹੜੇ ਬਿਲਡਿੰਗ ਦੇ ਖੇਤ ਦੇ ਖੱਡੇ ਹੋਣ ਕਾਰਨ ਇਹ ਜਿਹੜੀ ਇਹਦੀ ਮੀਂਹ ਹੈ ਉਹ ਬੈਠ ਗਈ ਹੈ, ਅਤੇ ਅਸੀਂ ਇਸਦੀ ਚਿੱਠੀ ਦਫ਼ਤਰ ਕਾਰਜਕਾਰੀ ਇੰਜੀਨੀਅਰ ਪ੍ਰਾਂਤ ਮੰਡਲ ਲੋਨ ਪ੍ਰਵਾਨ ਭਾਗ ਨੂੰ ਦਿੱਤੀ ਸੀ, ਜਿਨ੍ਹਾਂ ਨੇ ਕਿ ਇਸ ਨੂੰ ਅਨਸੇਫ ਘੋਸ਼ਿਤ ਕਰ ਦਿੱਤਾ ਹੈ। ਕੀ ਲਿਖਿਆ ਹੈ ਚਿੱਠੀ ਪੱਤਰ ਦੇ ਵਿੱਚ ਜੀ? ਚਿੱਠੀ ਪੱਤਰ ਤੁਹਾਡੇ, ਅਸੀਂ ਸਨਸੇਫ ਬਿਲਡਿੰਗ ਦਾ ਸਰਟੀਫਿਕੇਟ ਲੈਣ ਤੋਂ ਬਾਅਦ ਜਿਹੜਾ ਸਾਡਾ ਗ੍ਰਾਮ ਪੰਚਾਇਤ ਮੰਦੋਟ ਹੈ, ਨਗਰ ਪੰਚਾਇਤ ਮੰਦੋਟ ਹੈ, ਉਹਨਾਂ ਨੂੰ ਵੀ ਲਿਖਿਆ, ਅਸੀਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜੀ ਨੂੰ ਵੀ ਲਿਖਿਆ, ਇਸ ਬਾਰੇ ਜਾਣਕਾਰੀ ਦਿੱਤੀ, ਇਹ ਕਮਰੇ ਅਨਸੇਫ ਨੇ, ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਬਿਲਡਿੰਗ ਨਹੀਂ ਬਣਾ ਕੇ ਦਿੱਤੀ ਜਾਵੇ। ਤਿੰਨ ਮਹੀਨੇ ਤੋਂ ਪਹਿਲਾਂ ਦੇ ਚੁੱਕਿਆ ਸੀ ਜਾਣਕਾਰੀ ਨਗਰ ਪੰਚਾਇਤ ਨੂੰ। ਕੀ ਕੋਈ ਗੌਰ ਕੀਤਾ ਗਿਆ ਇਸ ਤੁਹਾਡੀ ਇਸ ਚਿੱਠੀ ਪੱਤਰ ਦੇ? ਚਿੱਠੀ ਪੱਤਰ ਦੇ ਕੋਈ ਗੌਰ ਨਹੀਂ ਹੈ। ਰੰਗਲਾ TV ਲਈ ਮੰਦੋਟ ਤੋਂ ਸੰਜੀਵ ਮਦਾਨ ਦੀ ਰਿਪੋਰਟ।